ਸਤਿ ਸ਼੍ਰੀ ਅਕਾਲ ਕਿਸਾਨ ਦੋਸਤੋ। ਕਿਸਾਨ ਦੋਸਤੋ, ਅੱਜ ਅਸੀਂ ਬਾਈ ਗਰਜੰਟ ਦੇ ਖੇਤ ਆਏ ਸੀਗੇ, ਬਾਈ ਦਾ ਖੇਤ ਵੇਖਣ ਆਏ ਸੀਗੇ, ਅਤੇ ਪਿੰਡ ਹੈਗਾ ਬਾਈ ਦਾ ਕੋਟ ਸੈਸੜੀ। ਕਿਸਾਨ ਦੋਸਤੋ, ਪਿਛਲੇ 15-20 ਦਿਨਾਂ ਤੋਂ ਇੱਕ ਨਾ ਨਿੰਮਾਂ ਨੂੰ ਲੈ ਕੇ ਬਹੁਤ ਚਿੰਤਾ ਦਾ ਵਿਸ਼ਾ ਬਣਿਆ ਹੋਇਆ, ਅਤੇ ਕਾਫੀ ਸਾਰੀਆਂ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਵਾਇਰਲ ਹੋਈਆਂ, ਅਤੇ ਕਿਸਾਨ ਭਰਾ ਕਾਫੀ ਪਰੇਸ਼ਾਨ ਹੈ ਨਿੰਮਾਂ ਨੂੰ ਲੈ ਕੇ। ਨਿੰਮਾਂ ਨੇ ਕੀ ਜ਼ਿਆਦਾ ਕੋਰਾ ਪੈ ਗਿਆ ਸੀਗਾ, ਲੰਮਾ ਸਮਾਂ ਕੋਰਾ ਪੈ ਗਿਆ ਅਤੇ ਨਿੰਮਾਂ ਫੁੱਟੀਆਂ ਨਹੀਂ। ਤਾਂ ਬਾਈ ਦੇ ਖੇਤ ਨਾ ਘਰ ਕੋਲ, ਬਾਈ ਦਾ ਖੇਤ ਘਰ 'ਚ ਹੀ ਹੈ, ਅਤੇ ਬਾਈ ਦੇ ਜਮ੍ਹਾਂ ਗੇਟ 'ਤੇ ਨਿੰਮ ਲੱਗੀ ਹੈ, ਅਤੇ ਨਿੰਮ ਦੀ ਫੋੜ ਸ਼ੁਰੂ ਹੋ ਗਈ ਹੈ, ਅਤੇ ਬਹੁਤ ਖੁਸ਼ੀ ਦੀ ਗੱਲ ਹੈ। ਅਤੇ ਕੱਲ੍ਹ ਅਸੀਂ ਪਿੰਡ 5 ਗਰੇਂ ਕਲਾਂ ਵੀ ਗਏ ਸੀ, ਅਤੇ ਉੱਥੇ ਵੀ 3-4 ਨਿੰਮਾਂ ਵੇਖੀਆਂ ਸੀ, ਤਾਂ ਉਹ ਵੀ ਲਗਭਗ ਜਿਨ੍ਹਾਂ ਦਾ ਨਿੰਮਾਂ ਦਾ ਮੁੱਢ ਜ਼ਿਆਦਾ ਮੋਟਾ ਹੈ, ਉਹ ਲਗਭਗ ਨਿੰਮਾਂ ਸਾਰੀਆਂ ਹੀ ਨਵੀਆਂ ਪਰੂੰਬਲਾਂ ਕੱਢਣੀਆਂ ਸ਼ੁਰੂ ਕਰ ਗਈਆਂ, ਤਾਂ ਬਹੁਤ ਹੀ ਖੁਸ਼ੀ ਦੀ ਗੱਲ ਹੈ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤਾਂ ਜੋ ਕਿ ਕਿਸਾਨ ਭਰਾਵਾਂ ਤੱਕ ਵੱਧ ਤੋਂ ਵੱਧ ਵੀਡੀਓ ਪਹੁੰਚ ਸਕੇ। ਤਾਂ ਚੈਨਲ ਨੂੰ ਲਾਈਕ ਕਰ ਲਓ ਅਤੇ ਫੋਲੋ ਕਰ ਲਓ। ਅਤੇ ਤੁਹਾਨੂੰ ਵਿਖਾਉਣਾ ਕਿਸਾਨ ਭਰਾਵਾਂ, ਤੁਸੀਂ ਦੇਖ ਸਕਦੇ ਹੈ ਬਾਈ ਦੇ ਗੇਟ 'ਤੇ ਨਿੰਮ ਹੈ ਇਹ, ਅਤੇ ਇਹਦੀ ਜਿਹੜੀ ਫੋਟ ਉਹ ਸ਼ੁਰੂ ਹੋ ਚੁੱਕੀ ਹੈ। ਮਨਪ੍ਰੀਤ ਇਹਨੂੰ ਜ਼ੂਮ ਕਰਕੇ ਵਿਖਾ ਦੇ ਨੇੜੇ ਕਰਕੇ। ਕਿਸਾਨ ਦੋਸਤੋ, ਨਿੰਮ ਥੋੜ੍ਹੀ ਉੱਚੀ ਹੋਣ ਕਰਕੇ ਤਾਂ ਥੋੜ੍ਹਾ ਜਿਹਾ ਤੁਹਾਨੂੰ ਇਹ 'ਚ ਕਲੀਅਰ ਨਹੀਂ ਦਿਸਣਾ, ਵੈਸੇ ਇਹਦੀਆਂ ਫੋਟੋਆਂ ਤੁਹਾਨੂੰ ਇਹ 'ਚ ਪਾਵਾਂਗੇ। ਆਹ ਤੁਸੀਂ ਦੇਖ ਸਕਦੇ ਹੈ ਨਿੰਮ ਵਧੀਆ ਫੁੱਟਣ ਲੱਗ ਗਈ ਹੈ, ਤਾਂ ਇਹਦਾ ਕਾਰਨ ਇਹੀ ਹੈ ਜਿਹੜਾ ਇਹਦਾ ਮੁੱਢ ਹੈ, ਮਨਪ੍ਰੀਤ ਦਾ ਮੁੱਢ ਵਿਖਾਈ ਨਿੰਮ ਦਾ, ਇਹਦੇ ਮੁੱਢ ਦੇ ਵਿੱਚ ਨਾ ਸੈੱਲ ਬਣੀ ਹੋਈ ਹੈ, ਅਤੇ ਬਾਈ ਦੀ ਨਾਲ ਨਾ ਪਾਣੀ ਵਾਲੀ ਖੇਲ ਬਣੀ ਹੋਈ ਹੈ ਪਸ਼ੂਆਂ ਨੂੰ ਪੀਣ ਪਿਆਉਣ ਵਾਸਤੇ, ਤਾਂ ਉਹਦੇ ਕਰਕੇ ਪਾਣੀ ਸਿੰਮੀਆਂ ਦਾ ਤਾਂ ਸੈੱਲ ਬਣੀ ਹੋਈ ਹੈ, ਤਾਂ ਕਰਕੇ ਵੀ ਜਿੰਨਾ ਕਿਸਾਨ ਭਰਾਵਾਂ ਦੇ ਨਿੰਮਾਂ ਵਗੈਰਾ ਲੱਗੀਆਂ ਹੈਗੀਆਂ। ਕਿਸਾਨ ਦੋਸਤੋ, ਦੱਸਣਾ ਚਾਹੁੰਦੇ ਵੀ ਨਿੰਮ ਦਾ ਜਿਹੜਾ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਹੈ, ਕਿਉਂਕਿ ਸਭ ਤੋਂ ਵੱਧ ਆਕਸੀਜਨ ਛੱਡਦੀਆਂ ਇਹ। ਦੂਜਾ ਕੰਮ ਇਹਨਾਂ ਦਾ ਇਹ ਹੈ ਵੀ ਜਿਹੜੀਆਂ ਮੈਡੀਕਲ ਦਵਾਈਆਂ ਆਪਾਂ ਵਰਤਦੇ ਹਾਂ ਆਪਣੇ ਖਾਣ ਵਾਸਤੇ ਜਾਂ ਕੋਈ ਬਿਮਾਰੀਆਂ ਨੂੰ ਦੂਰ ਕਰਨ ਵਾਸਤੇ, ਤਾਂ ਉਹਨਾਂ ਦੇ ਵਿੱਚ ਵੀ ਇਹ ਵਰਤੀ ਜਾਂਦੀ ਹੈ, ਤਾਂ ਜੋ ਕਿ ਇਹਨਾਂ ਨੂੰ ਵੱਧ ਤੋਂ ਵੱਧ ਆਪਾਂ ਇਹਨਾਂ ਨੂੰ ਪੱਟਣਾ ਨਹੀਂਗਾ, ਇਹਨਾਂ ਨੂੰ ਪਾਣੀ ਵਗੈਰਾ ਪਾਓ ਜਾਂ ਇਹਨਾਂ ਦੇ ਮੁੱਢਾਂ ਦੇ ਵਿੱਚ ਕਲੀ ਵਗੈਰਾ ਜਾਂ ਤੁਸੀਂ ਨੀਲਾ ਥੋਥਾ ਪਾ ਸਕਦੇ, ਜੇ ਕੋਈ ਮਾੜੀ ਮੋਟੀ ਪ੍ਰੋਬਲਮ ਹੋਊਗੀ ਤਾਂ ਉਹ ਦੂਰ ਹੋ ਜਾਊਗੀ। ਲਗਭਗ ਸਾਰੀਆਂ ਨਿੰਮਾਂ ਹੀ ਹੁਣ ਫੁੱਟਣ ਲੱਗ ਗਿਆ, ਅਤੇ ਇਹਨਾਂ ਨੂੰ ਪੱਟਣਾ ਨਹੀਂ, ਆਪਾਂ ਇਹਨਾਂ ਨੂੰ ਹੋਰ ਥਾਵਾਂ ਦੀ ਵੱਧ ਤੋਂ ਵੱਧ ਲਾਉਣਾ ਹੈ। ਦੂਜੀ ਗੱਲ ਇਹ ਹੈ ਵੀ ਜਿਹੜਾ ਨਿੰਮ ਹੈ ਇਹ ਖੇਤੀ ਦੇ ਵਿੱਚ ਵੀ ਵਰਤਿਆ ਜਾਂਦਾ, ਜਿਹੜੇ ਕਿ ਔਰਗੈਨਿਕ ਖੇਤੀ ਕਰਦੇ ਆ ਉਸ ਖੇਤੀ ਦੇ ਵਿੱਚ ਵੀ ਤੇਲੇ ਨੂੰ ਖਤਮ ਕਰਨ ਵਾਸਤੇ, ਸੁੰਡੀ ਨੂੰ ਖਤਮ ਕਰਨ ਵਾਸਤੇ ਇਹਦੇ ਪੱਤੇ ਵਾਲ ਕੇ ਤਾਂ ਇਹਦੀ ਸਪਰੇਅ ਵੀ ਕੀਤੀ ਜਾਂਦੀ ਹੈ, ਅਤੇ ਬਾਕੀ ਬਹੁਤ ਵੱਡਾ ਐਂਟੀਬਾਇਓਟਿਕ ਵੀ ਹੈ। ਤਾਂ ਕਰਕੇ ਸਾਨੂੰ ਲੱਗਿਆ ਵੀ ਤੁਹਾਨੂੰ ਇਹ ਵੀਡੀਓ ਅਸੀਂ ਸ਼ੇਅਰ ਕਰੀਏ, ਤਾਂ ਜੋ ਕਿ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚ ਸਕੇ। ਧੰਨਵਾਦ ਜੀ।